ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਵਾਗਤ ਹੈ ਜੀ ਚੈਨਲ ਜੁਗਲੂ ਐਜੂਕੇਸ਼ਨ ਵਿੱਚ। ਪਿਛਲੀ ਵੀਡੀਓ ਦੇ ਵਿੱਚ ਅਸੀਂ ਕੀਤਾ ਸੀਗਾ ਐਡੀਸ਼ਨ ਤੇ ਸਬਟ੍ਰੈਕਸ਼ਨ ਆਫ ਫ੍ਰੈਕਸ਼ਨਸ, ਤੇ ਅੱਜ ਆਪਾਂ ਕਰ ਰਹੇ ਹਾਂ ਮਲਟੀਪਲੀਕੇਸ਼ਨ ਐਂਡ ਡਿਵੀਜ਼ਨ ਆਫ ਫ੍ਰੈਕਸ਼ਨਸ। ਬੜਾ ਹੀ ਈਜ਼ੀ ਹੈ ਜੀ, ਕੋਈ ਵੀ ਫ੍ਰੈਕਸ਼ਨ ਲੈ ਲਓ, ਦੋ ਫ੍ਰੈਕਸ਼ਨ ਮੰਨ ਲਓ, ਤੁਹਾਨੂੰ ਦੋ ਫ੍ਰੈਕਸ਼ਨਾਂ ਦਾ ਮਲਟੀਪਲਾਈ ਕਰਨਾ ਆ ਗਿਆ ਤਾਂ ਤੁਸੀਂ ਕੀ ਕਰਨਾ, ਉੱਪਰ ਵਾਲਾ ਜਿਹਨੂੰ ਆਪਾਂ ਨਿਊਮੀਨੇਟਰ ਕਹਿੰਦੇ ਹੁੰਦੇ ਹਾਂ, ਇਹਨਾਂ ਨੂੰ ਆਪਸ ਵਿੱਚ ਮਲਟੀਪਲਾਈ ਕਰੋ, ਚਾਰ ਨੂੰ ਸੱਤ ਨਾਲ ਕੀਤਾ 28 ਆ ਗਿਆ। ਜੋ ਨੀਚੇ ਵਾਲਾ ਜਿਹਨੂੰ ਆਪਾਂ ਡਿਨੋਮੀਨੇਟਰ ਕਹਿੰਦੇ ਹੁੰਦੇ, ਇਹਨਾਂ ਨੂੰ ਆਪਸ ਵਿੱਚ ਮਲਟੀਪਲਾਈ ਕਰੋ, ਤਿੰਨ ਨੂੰ ਪੰਜ ਨਾਲ ਕਰਿਆ 15 ਆ ਗਿਆ, ਅਤੇ ਤੁਹਾਡਾ ਆਂਸਰ ਆ ਜਾਣਾ। ਇੱਕ ਆਪਾਂ ਹੋਰ ਉਦਾਹਰਨ ਲੈ ਲੈਂਦੇ ਹਾਂ, ਇੱਕ ਐਗਜ਼ਾਮਪਲ ਹੋਰ। ਗਿਆਰਾਂ ਲੈ ਲਓ, ਕਿਤੇ ਨਹੀਂ ਕੱਟੀ ਹੋ ਜੂਗਾ। ਚਾਰ ਨੂੰ ਉੱਪਰ ਫਿਰ ਨਿਊਮੀਨੇਟਰ ਨੂੰ ਗੁਣਾ ਕਰਾਂਗੇ, ਚਾਰ ਨੂੰ ਦੋ ਨਾਲ ਕਰਿਆ 8 ਆ ਗਿਆ, ਔਰ 13 ਨੂੰ 11 ਨਾਲ ਕੀਤਾ ਆਪਾਂ ਆ ਜਾਣ ਆਪਣੇ ਕੋਲ 143। ਇਹ ਦੋਨੇ ਉਦਾਹਰਨਾਂ ਤੋਂ ਬੜੀ ਸਿੰਪਲ ਤਰੀਕਾ ਗਾ ਮਲਟੀਪਲਾਈ ਫਰੈਕਸ਼ਨ ਨੂੰ ਕਿਵੇਂ ਕਰਨਾ, ਤੁਹਾਨੂੰ ਸਮਝ ਆ ਗਿਆ ਹੋਊਗਾ। ਹੁਣ ਆਪਾਂ ਕਰਦੇ ਹਾਂ ਡਿਵੀਜ਼ਨ ਕਿਵੇਂ ਕਰਨੀ ਹੈ ਫਰੈਕਸ਼ਨ ਦੀ। ਫਰਜ਼ ਕਰੋ ਤੁਹਾਨੂੰ ਡਿਵੀਜ਼ਨ ਕਰਨ ਲਈ ਆ ਗਿਆ, ਜੋ ਉੱਪਰ ਦਿੱਤਾ ਸੀ ਇਹਦੀ ਵੀ ਆਪਾਂ ਡਿਵੀਜ਼ਨ ਕਰਦੇ ਹਾਂ, ਤੁਹਾਨੂੰ ਆ ਗਿਆ ਡਿਵਾਈਡ ਕਰਨਾ 7 ਪਾਉਣ। ਹੁਣ ਜਦ ਡਿਵਾਈਡ ਕਰਨਾ ਇਹਨੂੰ, ਤਾਂ ਜੋ ਡਿਵੀਜ਼ਨ ਦਾ ਸਾਈਨ ਹੈ ਇਹਨੂੰ ਆਪਾਂ ਪਹਿਲਾਂ ਮਲਟੀਪਲੀਕੇਸ਼ਨ ਵਿੱਚ ਕਨਵਰਟ ਕਰ ਲੈਣਾ, ਉਹ ਕਿਸ ਤਰ੍ਹਾਂ ਹੋਊਗਾ, 4 ਪਾਉਣ 3 ਨਹੀਂ ਰਹੂਗਾ, ਇੱਥੇ ਡਿਵੀਜ਼ਨ ਦਾ ਸਾਈਨ ਦਾ ਆਪਾਂ ਮਲਟੀਪਲਾਈ ਬਣਾ ਲਿਆ। ਜਦ ਮਲਟੀਪਲਾਈ ਬਣਾ ਲਿਆ, ਜੋ ਇਹ ਨਾਲ ਵਾਲੀ ਫਰੈਕਸ਼ਨ ਹੈ ਇਹਦਾ ਆਪਾਂ ਰੈਸੀਪ੍ਰੋਕਲ ਲੈਣਾ ਹੁੰਦਾ, ਮਤਲਬ ਇਹਨੂੰ ਉਲਟਾ ਕਰ ਦੇਣਾ। ਜੋ 5 ਹੈ ਉੱਪਰ ਚਲਾ ਜਾਊਗਾ, 7 ਹੈ ਉਹ ਥੱਲੇ ਆ ਜਾਣਾ। ਅਤੇ ਹੁਣ ਇਹਨੂੰ ਸਿੰਪਲ ਮਲਟੀਪਲਾਈ ਆ ਗਿਆ, ਮਲਟੀਪਲਾਈ ਉੱਪਰ ਆਪਾਂ ਕੀਤਾ ਹੀ ਸੀ, ਉਸੇ ਤਰੀਕੇ ਦੇ ਨਾਲ ਇਹਨੂੰ ਆਪਾਂ ਗੁਣਾ ਕਰ ਲੈਣਾ ਜਿਵੇਂ ਉੱਪਰ ਸਿਖਾਇਆ ਤੁਹਾਨੂੰ। 4 ਨੂੰ 5 ਨਾਲ ਗੁਣਾ ਕੀਤਾ 20 ਆ ਜਾਣਾ, ਅਤੇ 3 ਨੂੰ 7 ਨਾਲ ਗੁਣਾ ਕੀਤਾ 21 ਆ ਜਾਣਾ। ਹੁਣ ਅਗਲੀ ਵੀ ਆਪਾਂ ਕਰਕੇ ਦੇਖ ਲੈਂਦੇ ਹਾਂ। 4 13 ਇਹਨੂੰ ਆਪਾਂ ਹੁਣ ਡਿਵਾਈਡ ਕਰਾਂਗੇ 2.11 ਨਾਲ। ਫਿਰ ਉਹੀ ਤਰੀਕਾ ਲਾਉਣਾ ਆਪਾਂ, ਪਹਿਲੀ ਰਕਮ ਉਹਨੂੰ ਉਸੇ ਤਰੀਕੇ ਨਾਲ ਲਿਖਣਾ, ਸਾਈਨ ਨੂੰ ਮਲਟੀਪਲਾਈ 'ਚ ਕਨਵਰਟ ਕਰ ਲੈਣਾ। ਇਹ ਜੋ 11.2 ਇਹਦਾ ਰੈਸੀਪ੍ਰੋਕਲ ਲਵਾਂਗੇ, ਜਾਣੀ ਕਿ ਜੋ ਡਿਨੋਮੀਨੇਟਰ ਉੱਪਰ ਚਲਾ ਜਾਊਗਾ, 2 ਆ ਉਹ ਥੱਲੇ ਆ ਜਾਊਗਾ, ਅਤੇ ਆਪਾਂ ਲਿਖਾਂਗੇ 11.2। ਹੁਣ ਸਿੰਪਲ ਮਲਟੀਪਲਾਈ ਕਰ ਲਓ, ਜੋ ਆਪਣੇ ਕੋਲ ਤਰੀਕਾ ਆਉਂਦਾ। 4 ਨੂੰ 11 ਨਾਲ ਕੀਤਾ 44, ਅਤੇ 13 ਨੂੰ 2 ਨਾਲ ਕੀਤਾ 26। ਠੀਕ ਹੈ ਜੀ, ਇਹ ਸਾਡੇ ਕੋਲ ਆਂਸਰ ਆ ਗਿਆ। ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਡਿਵੀਜ਼ਨ ਅਤੇ ਮਲਟੀਪਲੀਕੇਸ਼ਨ ਬਹੁਤ ਈਜ਼ੀ ਲੱਗੀ ਹੋਊਗੀ ਫਰੈਕਸ਼ਨ ਕਰਨ ਦੀ। ਅੱਜ ਤੋਂ ਬਾਅਦ ਤੁਹਾਨੂੰ ਕਦੇ ਵੀ ਦਿੱਕਤ ਨਹੀਂ ਆਊਗੀ, ਅਗਲੀ ਵੀਡੀਓ ਲੈ ਕੇ ਜਲਦੀ ਹਾਜ਼ਰ ਹੋਵਾਂਗੇ। ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਧੰਨਵਾਦ।